ਜਿਹੜੀ ਪੁਲੀ ਹੈਗੀ ਹੈ ਹਾਰਡਵੇਅਰ ਦੀ ਦੁਕਾਨ ਤੋਂ ਮਿਲ ਜਾਂਦੀ ਹੈਗੀ ਬਾਸਾਨੀ ਦੇ ਨਾਲ ਜਿਹਦੇ ਕੋਲ ਨਾ ਕਿਲ ਕਾਬਲੇ ਅਤੇ ਇਹੋ ਜਿਹੀ ਚੀਜ਼ਾਂ ਮਿਲ ਜਾਂਦੀਆਂ ਨਾ ਲੋਹੇ ਦਾ ਸਮਾਨ ਜਿਹਨੇ ਰੱਖਿਆ ਹੁੰਦਾ ਇਹ 200 ਦੀ ਆਈ ਹੈ ਉਹ ਜਿਹੜੀ ਛੋਟੀ ਸੀ ਉਹ 100 ਰੁਪਏ ਦੀ ਆਈ ਠੀਕ ਹੈ ਜੀ ਸਿੰਗਲ ਅਗਰ ਤੁਸੀਂ ਸ਼ੋਲਡਰ ਟ੍ਰੇਨ ਕਰਨਾ ਹੈਗਾ ਇਹ ਤੇ ਕਮਾਲ ਆ ਦੇਖੋ
ਅਗਰ ਵੈਸੇ ਅਪਰ ਚੈਸਟ ਦੀ ਅਗਰ ਉਤਨੀ ਹਾਂ ਇਹ ਤੁਸੀਂ ਇੱਧਰ ਦੇਖੋ ਨਾ ਦੋਨਾਂ ਸਾਈਡਾਂ ਦਾ ਸਟੇਟ ਪਾ ਕੇ ਇਹ ਇਨ ਲਾਈਨ ਵਾਸਤੇ ਜਿਹੜਾ ਕਿ ਨਾ ਦੋਨਾਂ ਇਨਰ ਚੈਸਟ ਵਾਸਤੇ ਲਾਈਨ ਵਾਸਤੇ ਦੋਨਾਂ ਸਾਈਡਾਂ ਦਾ ਬੇਟਾ ਪਾ ਕੇ ਕਲੀਅਰ ਕਰ ਦੇ ਯਾਨੀ ਕਿ ਅਪਰ ਲਾਈਨ ਡਰਾ ਕਰਨੀ ਹੋਵੇ ਤਾਂ ਬੜੀ ਅੱਛੀ ਗੇਮ ਇਹ ਦੇਖੋ ਇਹ ਉਤਰ ਵੀ ਜਾਏਗਾ ਤੇ ਐਸੀ ਪ੍ਰੈਸਰ ਵਿੱਚ ਪਾਇਆ ਤਾਂ ਕਿ ਮੂਵ ਕਰਦਾ ਰਹੇ ਸਾਡਾ ਜਿਹੜੇ ਹੱਥਾਂ ਦੇ ਵਿੱਚ ਡੈਮੇਜ ਨਾ ਹੋ ਜਾਏ ਠੀਕ ਹੈ ਜੀ ਔਰ ਇਹਦਾ ਇੱਕ ਜਿਹੜਾ ਥੱਲੇ ਵਾਲਾ ਐਂਗਲ ਹੈਗਾ ਉਹ ਵੀ ਤੁਹਾਨੂੰ ਮੈਂ ਲਾ ਕੇ ਦਿਖਾ ਦਿੰਦਾ शोल्डर जी अगर क्लोथ अगर हिट करना हो मतलब इतों वाला जो फर्स्ट शोल्डर जो ट्रैप्स बहुत अच्छे हिट हो इस तरह ज्यादा क्लोज से ट्रैक ज्यादा लोड करना वाह ये तो मैं शोर पानी को आन दे रहे हिट करना चलो बंदे का दिमाग चेक करो की जुगाड़ लाए सर एक मशीन ਵਿੱਚ पूरी जिम ने वाड़ दी है यकीन मान कैप्टन तो महान है असली एमडी को कैप्टन कहिदा इहदा नाम ही कैप्टन पाया होया और आ देखो ट्राई भी ਇਹਨੂੰ ਇੱਥੇ ਰੱਖ ਕੇ ਗੇਮ ਲਾਇਆ ਸੀ ਹੁਣ ਇੱਥੇ ਰੱਖ ਕੇ ਥੋੜ੍ਹਾ ਜਿਹਾ ਹੋਰ ਚੌੜਾ ਕਰ ਸਕਦੇ ਜੇ ਤਾਂ ਕਿ ਢੱਡੀ ਜਿਹੜੀ ਕਹਿੰਦਾ ਚਸਟ ਤੇ ਆ ਸ਼ੋਲਡਰ ਵੀ ਜਿਹੜਾ ਕਹਿੰਦਾ ਹਿੱਟ ਹੋ ਸਕੀ ਆ ਐਂਗਲ ਜ਼ਿਆਦਾ ਜ਼ਬਰਦਸਤ ਠੀਕ ਹੈ ਜੀ ਐਥ ਹੋ ਗਈ ਇਹਦੀ ਐਕਸਰਸਾਈਜ਼ ਆ ਔਰ ਇਹਦੀ ਇੱਕ ਹੋਰ ਮੈਂ ਤੁਹਾਨੂੰ ਦਿਖਾਉਣਾ ਵੀਡੀਓ ਵਿੱਚ ਹੀ ਰਿਹਾ ਜੀ ਜਾਇਆ ਜੇ ਨਾ ਕਿਤੇ ਹੋਣਾ ਹੋਣਾ ਇੱਥੇ ਪਾ ਦਿੱਤਾ ਇਹਦੀ ਟ੍ਰਾਈ ਦੀ ਇੱਕ ਹੋਰ ਗੇਮ ਵਾਸਤੇ ਟ੍ਰਾਈ ਦੀ ਗੇਮ ਠੀਕ ਹੈ ਜੀ ਸਿਰਫ ਇਹ ਸਾਡੇ ਐ ਸੀ ਅਗਰ ਅਸੀਂ ਇਹਨਾਂ ਪੋਲੀ ਦਾ ਰਿਵਿਊ ਨਹੀਂ ਕਰਵਾਇਆ ਤੁਹਾਨੂੰ ਉਹ ਬੈਗ ਦੀ ਟ੍ਰਾਈਸੈਪ ਦੀ ਉਹ ਬੈਗ ਟ੍ਰਾਈਵ ਬਾਈਸੈਪ ਪੂਰਾ ਹਿੱਟ ਹੋਏਗਾ ਠੀਕ ਹੈ ਜੀ ਦੋ ਗੋਲੀਆਂ ਨੇ ਤਿੰਨ ਲਾਈਆਂ ਇਹਦੇ ਵਿੱਚ अगर तुम शोल्डर की एक्सरसाइज लानी हैगी ठीक है जी इतने सैट कर लो सपोर्ट मिल जाएगी बैक में ठीक है जी जितने मर्जी एंगल सैट कर सकते हैं ठीक है जी तो बड़ा ही मजबूत बेंच हैगा ठीक है उस तो बाद मशीन से आ जाने यह बेंच प्रेस वास्ते इंप्लेन वास्ते रात रखा हुआ ठीक है जी उस तो बाद इतने दो प्लेटा आ जाएंगी बाकी थले रख सकते जी ए मशीन मैं तीन खिड़कियां लाइया है पहली खिड़की इतने लगी उस तो बाद दूसरी खिड़की इतने पा के ठीक है जी हो गई बाईस ठीक है जी उस तो बाद टेबल उसे कर लो ट्राइसर की गेम होगी रॉड चेंज करके बैग की गेम ला सकते जी ये बड़ी बेहतरीन लगती है जी डंब से बह जाओ डंब से बहना बैठ के ठीक है जी उस तो बाद बनाया हो ਚਲੋ ਹਮੇ
110 ਡੰਬਲਾਂ ਦੀਆਂ ਜੋੜੀਆਂ ਜਿੰਨੇ ਵਿੱਚ ਐ 19 ਕਿਲੋ ਦਾ ਸਾਡੇ 16 ਕਿਲੋ ਦਾ ਸਾਡੇ 11 ਕਿਲੋ ਦਾ ਤੇ ਇਹ ਜੁੜੀ ਜਿਹੜੀ ਸਾਡੇ 14 ਕਿਲੋ ਦੀ ਜਾਂ 15 ਕਿਲੋ ਦੀ ਹੋਈ ਐ ਸਾਡੇ 11 ਕਿਲੋ ਦੀ ਤੇ 8 ਤੇ 7 ਤੇ 10 12 ਪਲੇਟਾਂ ਨੇ ਤੇ 7 ਬੰਦੇ ਬਣਾ 7 8 ਕਿਲੋ ਦੀਆਂ ਆਉਣਗੇ ਵੀ 7 ਬਾਕੀ ਤੁਸੀਂ ਵੇਖ ਕੇ ਦੱਸੋ ਉਹ ਲਾ ਲੈ ਚੈਸ ਦਾ ਪੂਰਾ ਲਾਉਣਾ ਵੀ ਨੀ ਆਉਣਾ ਕੈਮਰਾਮੈਨ ਸਾਡਾ ਥੱਕ ਗਿਆ ਤੇ ਮਿਲਦੇ ਹਾਂ ਨੈਕਸਟ ਵੀਡੀਓ 'ਚ ਦਿਸ ਇਜ਼ ਉਸਮਾਨ ਫਿਟਨੈਸ ਕਲੱਬ USP ਵਾਲੇ ਓਕੇ ਬਾਏ ਬਾਏ ਓਕੇ ਬਾਏ ਬਾਏ